ਜੀ ਅਸਲਾਮ ਵਾਲੀਕੁਮ ਮੇਰੇ ਦੋਸਤੋ, ਕਿਆ ਹਾਲ ਹੈ ਜੀ? ਖਰੀਏ ਤਾਂ ਠੀਕ ਹੋ ਦੋਸਤੋ? ਅੱਜ ਤੁਹਾਡੇ ਵਾਸਤੇ ਦੋ ਇਨਫੋਰਮੇਸ਼ਨ ਲੈ ਕੇ ਆਇਆ, ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹਨ ਪਈਆਂ, ਖਾਸ ਤੌਰ ਸਾਊਦੀ ਜਿਹੜੇ ਰਹਿੰਦੇ ਮੇਰੇ ਦੋਸਤ, ਉਹਨਾਂ ਵਾਸਤੇ ਬਹੁਤ ਪਿਆਰੀ ਇਨਫੋਰਮੇਸ਼ਨ ਹੈ। ਪਿਆਰੀ ਤਾਂ ਨਹੀਂ ਸਰ, ਉਹਨਾਂ ਵਾਸਤੇ ਬਹੁਤ ਸਖਤ ਇਨਫੋਰਮੇਸ਼ਨ ਹੈ ਕਿ ਇੱਕ ਤਾਂ ਸਰ ਆਪਣੇ ਕੋਲ ਇੱਥੇ ਮੈਦਾਨ ਅਰਫਾਤ 'ਚ ਯਾਨੀ ਵਿਜ਼ਿਟ ਕਰਨ ਵਾਸਤੇ ਆਉਂਦੇ ਪੈਣੇ ਸਾਊਦੀਆ ਦੇ ਮੱਕਾ ਦੇ ਗਵਰਨਰ ਸਾਹਿਬ, ਯਾਨੀ ਇੱਥੇ ਦੇ ਜਿਹੜੇ ਮੁਦੀਰ ਹਨ ਗਵਰਨਰ ਸਾਹਿਬ, ਉਹ ਤਸ਼ਰੀਫ ਲੈ ਜਾਂਦੇ ਨੇ। ਸਿਕਿਉਰਿਟੀ ਬਹੁਤ ਜ਼ਿਆਦਾ ਸਖਤ ਹੋ ਗਈ ਹੈ, ਚੈਕਿੰਗ ਬਹੁਤ ਜ਼ਿਆਦਾ ਹੈ। ਅਤੇ ਦੂਜੀ ਮੇਰੇ ਦੋਸਤੋ, ਜਿਹੜੇ ਪਏ ਸਾਊਦੀਆ ਦੇ ਮੱਕਾ ਤੋਂ ਬਾਹਰ ਆਉਂਦੇ ਨਾ, ਯਾਨੀ ਆਊਟਸਾਈਡ ਦੇ ਪਏ, ਉਹਨਾਂ ਵਾਸਤੇ ਇਨਫੋਰਮੇਸ਼ਨ ਇਹ ਕਿ ਯਾਰ ਬਾਰ 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 ਗੌਰਮੈਂਟ, ਸਾਊਦੀ ਗੌਰਮੈਂਟ ਨਾ ਮੈਸੇਜ ਕਨਵੇ ਕਰ ਰਹੀ ਹੈ, ਇਨਫੋਰਮੇਸ਼ਨ ਦੇ ਰਹੀ ਹੈ ਕਿ ਜਿਹੜਾ ਅਨਲੀਗਲ ਬੰਦਾ, ਮਤਲਬ ਇਹ ਜਿਹੜਾ ਐਵੇਂ ਬਗੈਰ ਤਸ਼ਰੀਹ ਤੋਂ ਹੱਜ ਕਰਨ ਆਉਂਦਾ, ਉਹਨੂੰ ਪਕੜ ਲਿਆ ਗਿਆ ਤਾਂ ਉਹਦਾ 10,000 ਰਿਆਲ ਜੁਰਮਾਨਾ ਹੈ, ਔਰ ਜਿਹੜੀ ਗੱਡੀ 'ਤੇ ਆਉਂਦਾ ਪੀ ਸੀ ਨਾ ਉਸ ਡਰਾਈਵਰ ਨੂੰ 50,000 ਰਿਆਲ ਜੁਰਮਾਨਾ ਹੈ। ਅਤੇ ਲਿਹਾਜ਼ਾ ਭਾਈ ਇਹਤਿਆਤ ਕਰੋ, ਖਿਆਲ ਕਰੋ, ਅਨਲੀਗਲ ਨਾ ਆਓ। ਇੱਥੇ ਸਾਡੀ ਤਸ਼ਰੀਹ ਹੈ ਪਈ, ਯਾਨੀ ਤਸ਼ਰੀਹ ਬਣਸੀ ਤਾਂ ਤੁਸੀਂ ਇੱਥੇ ਰਹਿ ਸਕਦੇ ਵੇ ਮੱਕਾ ਦੀ ਹਦੂਦ 'ਚ, ਅਦਰਵਾਈਜ਼ ਨਹੀਂ। ਅਤੇ ਭਾਈ ਖਿਆਲ ਕਰੋ, ਇਸ ਤੋਂ ਬਾਅਦ ਨਾ ਹਜ ਤੋਂ ਬਾਅਦ ਤੁਸੀਂ ਆ ਵਜਾ, ਉਮਰਾ ਕਰ ਲਵੈ, ਅਤੇ ਅਨਲੀਗਲ ਤੁਸੀਂ ਹਜ ਨਾ ਕਰੋ। ਤੁਹਾਡੀ ਮਿਹਰਬਾਨੀ, ਆਪਦਾ ਖਿਆਲ ਰੱਖਿਆ ਕਰੋ। ਗਰੀਬ ਬੰਦੇ ਨੇ ਸਾਰੇ ਇੱਥੇ ਰੋਜ਼ੀ ਰੋਟੀ ਕਰਨ ਆਏ, ਅਤੇ 10,000 ਜਾਂ 50,000 ਰਿਆਲ ਨਹੀਂ ਕਿਸੇ ਕੋਲ ਪੇ ਕੀਤਾ ਜਾਂਦਾ। ਲਿਹਾਜ਼ਾ ਖਿਆਲ ਕਰੋ, ਆਪਣਾ ਖਿਆਲ ਰੱਖਿਆ ਕਰੋ। ਤਸ਼ਰੀਹ ਤੋਂ ਬਗੈਰ ਮੱਕੇ 'ਚ ਇੰਟਰੀ ਨਹੀਂ ਹੋਣੀ, ਇਹ ਤੁਹਾਨੂੰ ਮੈਂ ਦੱਸਿਆ ਪਈਆਂ, ਅਤੇ ਖਿਆਲ ਰੱਖਣਾ ਤੁਸੀਂ ਆਪਦਾ। ਓਕੇ।